ਰਾਜਨ ਰਾਮ ਰਵੈ ਹਿਤਕਾਰ ਰਣ ਮਹਿ ਲੂਜੈ ਮਨੁਆ ਮਾਰ। ਰਾਜਨ ਰਾਮ ਰਵੈ ਹਿਤਕਾਰ, ਰਾਜਨ ਰਾਮ ਦੇ ਰਵ ਹੀ ਤੇਰੇ ਹਿਤ ਵਿੱਚ ਹੈ। ਅੱਛਾ ਜੀ, ਹਿਤਕਾਰੀ ਹੈ ਦੇ ਰਵਣ ਰਾਮ ਨੂੰ। ਮਨ ਮਹਿ ਲੂਜੈ ਮਨੁਆ ਮਾਰ, ਮਨ ਦੇ ਵਿੱਚ ਨੂੰ ਮਨ ਨੂੰ ਬਣਾ ਲੁੱਟ ਕੇ ਮਨੁਏ ਨੂੰ ਮਾਰ ਕੇ ਵੀ ਰਾਮ ਦੇ ਵਿੱਚ ਦਬਾ ਕੇ ਰਾਮ ਦੀ ਸ਼ਕਤੀ ਨੂੰ ਵਧਾ ਕਿ ਤੇਰੇ ਹਿੱਤ ਵਿੱਚ ਹੈ। ਰਾਜਨ ਮਨ ਨੂੰ ਕਿਹਾ ਜੀ, ਰਾਜਨ ਰਾਮ ਰਵੈ ਹਿਤਕਾਰ, ਇਹਦਾ ਮਤਲਬ ਮਨ ਨੂੰ ਕਿਹਾ ਤੂੰ ਚਿੱਤ ਦੇ ਨਾਲ ਰਹੇ ਤੇਰੇ ਹਿੱਤ ਵਿੱਚ ਹੈ ਜੀ। ਤੇ ਰਣ ਮੈਂ ਲੂਜੇ ਮਨੁਆ ਮਾਰ, ਇਸ ਤਰ੍ਹਾਂ ਦੀ ਲੜਾਈ ਲੜ ਵੀ ਮਨ ਜਿਹੜਾ ਮਾਰਿਆ ਜਾਵੇ ਹੈ ਜੀ। ਠੀਕ ਹੈ ਜੀ। ਰਾਤ ਦਿਨਤ ਰਹੇ ਰੰਗ ਰਾਤਾ, ਤੀਨ ਭਵਨ ਜੁਗ ਚਾਰੇ ਜਾਤਾ। ਇਹ ਤਰੀਕੇ ਨਾਲ ਰੰਗ ਰਾਤਾ ਰਹੇ ਆਠ ਪਹਿਰ। ਅੱਛਾ ਜੀ, ਇਹ ਫਿਰ ਸ਼ਬਦ ਵਿਚਾਰ ਜੁੜਿਆ ਰਹੇ, ਤਿੰਨੇ ਭਵਨ ਚਾਰੇ ਜੁਗ ਜਾਣ ਲੈਂਦਾ ਫਿਰ ਉਹ। ਇਹਦਾ ਮਤਲਬ ਤਿੰਨੇ ਜੁਗ ਚਾਰੇ ਭਵਨ ਦੱਸੇ ਹੋਏ ਨੇ, ਉਹ ਗਲਤ ਨੇ। ਆਪ ਦੇ ਰੰਗ ਜੀ ਜੁੜਿਆ ਹੋਇਆ ਤਿੰਨ ਪਵਨ ਚਾਰ ਯੁਗ ਜਾਣਦਾ, ਪਰ ਨਾ ਨਹੀਂ ਜਾਣਦੇ ਲੋਕ ਜੋ ਦੱਸੇ ਹੋਏ ਨੇ ਸਾਨੂੰ, ਉਹ ਗਲਤ ਨੇ। ਠੀਕ ਹੈ ਜੀ। ਪਰ ਸਾਡੇ ਤਾਂ ਟੀਕੇ ਘਰ ਉਹ ਮੰਨੀ ਬੈਠੇ ਨੇ, ਗੁਰਬਾਣੀ ਉਹਨੂੰ ਰੱਦ ਕਰਦੀ ਹੈ। ਗੁਰਬਾਣੀ ਦਾ ਮੇਲ ਕਿੱਥੇ ਹੈ ਉਹਦੇ ਨਾਲ? ਉਹ ਤਾਂ ਧਾਰਾ ਹੀ ਹੋਰ ਹੈ। ਠੀਕ ਹੈ ਜੀ। ਜਿਨ ਜਾਤਾ ਸੋ ਤਿਸ ਹੀ ਜੇਹਾ, ਅਤ ਨਿਰਮਾਇਲ ਸੀ ਜਿਸ ਦੇਹਾ। ਜਿਨ ਜਾਤਾ, ਜਿਹਨੇ ਆਪਣਾ ਗੂੜ ਜਾਣ ਲਿਆ, ਆਪਣੇ ਗੂੜ ਵਰਗਾ ਹੀ ਹੋ ਜਾਂਦਾ। ਠੀਕ ਹੈ। ਸੋ ਤਿਸ ਹੀ ਜੇਹਾ, ਅਤ ਨਿਰਮਾਇਲ, ਅਤ ਨਿਰਮਲ ਦੇਹ ਹੋ ਜਾਂਦੀ ਹੈ। ਸੀ ਜਿਸ ਦੇਹਾ, ਸਾਰੀ ਬੁੱਧੀ ਸੁਲਝੀ ਹੋਈ ਹੁੰਦੀ ਹੈ। ਹਾਂ, ਕੋਈ ਉਲਝਣ ਉਹਦੇ ਅੰਦਰ ਦੀ ਹੁੰਦੀ, ਕੋਈ ਪਰ ਉਹਦੇ ਅੰਦਰ ਦੀ ਦੇਖਾ। ਠੀਕ ਹੈ ਜੀ। ਹਾਂਜੀ, ਰਹਿਸੀ ਰਾਮ ਹਿਰਦੈ ਇਕ ਭਾਏ, ਅੰਤਰ ਸ਼ਬਦ ਸਾਚ ਲਿਵ ਲਾਏ। ਰਹਿਸੀ ਰਾਮ ਹਿਰਦੈ ਇਕ ਭਾਏ, ਉਹ ਕਹਿੰਦੇ ਇੱਕੇ ਭਾਏ ਦੇ ਵਿੱਚ ਇੱਕੋ ਜੀ ਭੁੱਖ ਰੂਪ ਦੀ ਰੂਪ ਦੀ ਅਗਰ ਬੁੜੀ ਦੇ ਦੀ। ਰਹਿਸੀ ਰਾਮ ਹਿਰਦੈ ਇਕ ਭਾਏ, ਹਾਂਜੀ, ਭੁੱਖ ਨਾਲ ਲਿਖਿਆ ਰਹਿੰਦੇ। ਠੀਕ ਹੈ ਜੀ। ਅੰਤਰ ਸ਼ਬਦ ਸਾਚ ਲਿਵ ਲਾਏ, ਅੰਤਰ ਸ਼ਬਦ ਸੱਚ ਨੂੰ ਲਿਵ ਜੁੜੀ ਹੁੰਦੀ ਹੈ, ਇਹ ਉਹਦੀ ਅਵਸਥਾ ਹੈ। ਠੀਕ ਹੈ ਜੀ। ਗੁਰੂ ਜੀ।